ਮੈਨੂੰ ਇੰਨਾ ਪਤਾ ਵੀ ਮੈਂ ਛੋਟਾ ਜਿਹਾ ਹੁੰਦਾ ਸਾਂ, ਸਾਡੇ ਘਰ ਇੱਕ ਗਾਂ ਰੱਖੀ ਹੁੰਦੀ ਸੀ, ਗਾਂ ਰੱਖੀ ਹੁੰਦੀ ਸੀ। ਉਦੋਂ ਘਰਾਂ 'ਚ ਰਿਵਾਜ਼ ਹੁੰਦਾ ਸੀ, ਸ਼ਹਿਰਾਂ 'ਚ ਵੀ ਲੋਕਾਂ ਨੇ ਘਰਾਂ 'ਚ ਹੀ ਗਾਈਆਂ ਰੱਖੀਆਂ ਹੁੰਦੀਆਂ ਸੀ, ਮੱਝਾਂ ਰੱਖੀਆਂ ਹੁੰਦੀਆਂ, ਬਾਹਰ ਬੰਨੀਆਂ ਹੁੰਦੀਆਂ ਸੀ ਗਲੀ 'ਚ, ਉੱਥੇ ਹੀ ਮੰਜੇ ਡਾ ਕੇ ਸ਼ਾਮ ਨੂੰ ਸੌਂ ਜਾਣਾ, ਸ਼ਹਿਰਾਂ ਦੇ ਕਲਚਰ ਹੁੰਦੇ ਸੀ। ਇਹ ਤਾਂ ਹੁਣ ਪਿਛਲੇ 10-12-15 ਸਾਲ 'ਚ ਮਾਹੌਲ ਬਦਲੇ ਨੇ। ਸਾਡੇ ਉੱਥੇ ਡਾਕਟਰ ਸਾਹਿਬ ਹੁੰਦੇ ਸੀ, ਗਾਜ਼ੀ ਗੁੱਲੇ ਡਾਕਟਰ ਸਾਹਿਬ ਰਹਿੰਦੇ ਹੁੰਦੇ ਸੀ, ਡੰਗਰਾਂ ਦੇ ਡਾਕਟਰ। ਉਹ ਹੁਣ ਮਤਲਬ ਐਨੀਮਲ ਹਸਬੈਂਡਰੀ ਦੇ ਸੀਗੇ, ਪਰ ਹੁਣ ਸਾਨੂੰ ਬੱਚਿਆਂ ਨੂੰ ਕੀ ਪਤਾ ਹੁੰਦਾ। ਅਤੇ ਸਾਡੀ ਗਾਂ ਇੱਕ ਵਾਰੀ ਬਿਮਾਰ ਹੋ ਗਈ ਤਾਂ ਮੈਂ ਲੈਣ ਗਿਆ ਡਾਕਟਰ ਸਾਹਿਬ ਨੂੰ, ਮੈਂ ਜਾ ਕੇ ਬੈਲ ਮਾਰੀ, ਮੈਂ ਛੋਟਾ ਜਿਹਾ ਹੁੰਦਾ ਸੀ, ਬੈਲ ਮਾਰੀ, ਉਹਨਾਂ ਦੇ ਮਿਸਿਸ ਬਾਹਰ ਆਏ, ਮੈਂ ਜੀ ਡੰਗਰ ਡਾਕਟਰ ਸਾਹਿਬ ਹੈਗੇ ਜੀ। ਉਹਦੀ ਵਾਈਫ ਕਹਿੰਦੀ ਨਹੀਂ ਆਏ ਨਹੀਂ ਅਜੇ ਹੋਸਪਿਟਲ ਤੋਂ। ਮੈਂ ਜੀ ਡੰਗਰ ਡਾਕਟਰ ਸਾਹਿਬ ਕਦੋਂ ਆਉਣਗੇ ਜੀ? ਪਤਾ ਨਹੀਂ ਹੁੰਦਾ ਕਦੋਂ ਆਉਣਗੇ, ਕੋਈ ਟਾਈਮ ਟੂਈਮ ਨਹੀਂ ਹੁੰਦਾ, ਕਿਤੇ ਬਿਜ਼ੀ ਹੋ ਜਾਂਦੇ, ਲੇਟ ਹੋ ਜਾਂਦੇ ਨੇ। ਗੇਟ ਜਿਹਾ ਬੰਦ ਕਰੀ ਜਾਵੇ, ਮੈਂ ਫਿਰ ਗੇਟ ਫੜ ਲਿਆ। ਮੈਂ ਜੀ ਡੰਗਰ ਡਾਕਟਰ ਸਾਹਿਬ ਨੂੰ ਜੇ ਸੁਨੇਹਾ ਦੇਣਾ ਹੋਵੇ ਸੁਨੇਹਾ ਦੇ ਦੋਗੇ ਜੀ? ਨਹੀਂ ਅਸੀਂ ਨਹੀਂ ਸੁਨੇਹਾ ਸੁਨੇਹਾ ਦਿੰਦੇ, ਆਪੇ ਆ ਜਾਇਓ। ਮੈਂ ਜੀ ਮਤਲਬ ਪਤਾ ਜੀ ਜੇ ਇਸ ਵੇਲੇ ਮਿਲਣਾ ਹੋਵੇ ਤਾਂ ਡੰਗਰ ਡਾਕਟਰ ਸਾਹਿਬ ਕਿੱਥੇ ਮਿਲਣਗੇ? ਫਾੜ ਕਰਦੀ ਉਹਨੇ, ਚਪੇੜ ਨਾ ਮਾਰੀ ਮੇਰੇ ਮੂੰਹ ਦੀ। ਕੀ ਬੋਲੀ ਜਾਂਦਾ, ਅਗਲੀ ਨਹੀਂ ਸਿਖਾਈ ਕਿਸੇ ਨੇ ਡੰਗਰ ਡਾਕਟਰ ਸਾਹਿਬ, ਡੰਗਰ ਡਾਕਟਰ ਸਾਹਿਬ ਇੱਦਾਂ ਬੋਲੀ ਜਾਂਦਾ ਡਾਕਟਰ ਸਾਹਿਬ ਕਿਹਾ। ਮੈਂ ਜੀ ਮੈਨੂੰ ਕੀ ਇਹਦਾ ਕੀ ਕਹਿਣਾ, ਥੱਪੜ ਮਾਰ ਦਿੱਤਾ ਮੇਰੇ। ਮੈਂ ਕਿਹਾ ਮੈਂ ਤਾਂ ਸਾਹਿਬ ਵੀ ਕੋਲੋਂ ਲਾਇਆ, ਮੇਰੇ ਡੈਡੀ ਕਹਿੰਦੇ ਜਾਂ ਡੰਗਰ ਡਾਕਟਰ ਨੂੰ ਬੁਲਾ ਕੇ ਲਿਆ। ਸੋ ਹਾਸਾ ਕਈ ਵਾਰੀ ਟ੍ਰੈਜਡੀ 'ਚੋਂ ਵੀ ਨਿਕਲਦਾ। ਸੋ ਇੱਦਾਂ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਜੀ। ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ, ਤੁਹਾਡੇ ਨਾਲ ਮੁਹੰਮਦ ਸਦੀਕ ਸਾਹਿਬ ਸਾਡੇ ਪੰਜਾਬ ਦੇ ਬਾ ਕਮਾਲ ਗਾਇਕ ਨੇ ਜੀ, ਮਤਲਬ ਸਜਦਾ ਉਹਨਾਂ ਦੀ ਕਲਾ ਨੂੰ। ਗੱਲਾਂ ਵੀ ਬਹੁਤ ਇੰਟਰਸਟਿੰਗ ਸੁਣਾਉਂਦੇ। ਇੱਕ ਵਾਰੀ ਉਹਨਾਂ ਨੇ ਰੀਅਲ ਗੱਲ ਸੁਣਾਈ ਆਪਣੀ, ਕਹਿੰਦੇ ਨਵੀਂ ਨਵੀਂ ਸ਼ਾਦੀ ਹੋਈ ਮੇਰੀ, ਦਿਲ ਕੀਤਾ ਵੀ ਚਲੋ ਸ਼੍ਰੀਮਤੀ ਜੀ ਨੂੰ, ਯਾਨੀ ਕਿ ਆਪਣੀ ਵਾਈਫ ਨੂੰ, ਆਪਣੀ ਪਤਨੀ ਨੂੰ ਫਿਲਮ ਦਿਖਾ ਕੇ ਲਿਆਈਏ। ਕਹਿੰਦੇ ਮੈਂ ਬੜੇ ਜ਼ੋਰ ਨਾਲ ਪਹਿਲਾਂ ਤਾਂ ਤਿਆਰ ਕੀਤਾ ਵਾਈਫ ਨੂੰ ਵੀ ਫਿਲਮ ਦੇਖ ਕੇ ਆਉਣਾ। ਕਹਿੰਦੇ ਖੈਰ ਬੜੀ ਮੁਸ਼ਕਲ ਤਿਆਰ ਕੀਤੀ, ਉਦੋਂ ਕਹਿੰਦੇ ਸ਼ਹਿਰ ਆਉਣਾ ਵੀ ਬੜਾ ਔਖਾ ਹੁੰਦਾ ਸੀ। ਮੈਂ ਸ਼ਹਿਰ ਲੈ ਕੇ ਆਇਆ ਵਾਈਫ ਨੂੰ, ਸ਼ਹਿਰ ਆਏ, ਟਿਕਟ ਲਈ, ਕਹਿੰਦੇ ਜਦੋਂ ਸਿਨੇਮੇ ਅੰਦਰ ਬੈਠੇ ਅਸੀਂ, ਦਲੀਪ ਕੁਮਾਰ ਸਾਹਿਬ ਦੀ ਫਿਲਮ ਚੱਲ ਰਹੀ ਹੈ ਮੁਗਲ-ਏ-ਆਜ਼ਮ ਫਿਲਮ ਵਿਖਾਈ, 3 ਕੁ ਘੰਟੇ ਕਹਿੰਦੇ ਮੇਰੀ ਬੀਵੀ ਨੇ ਅੰਦਰ ਉਬਾਸੀਆਂ ਬੂਸੀਆਂ ਜਾਂ ਮਾਰੀਆਂ ਸਿਨੇਮੇ। ਜਦੋਂ ਫਿਲਮ ਵੇਖ ਕੇ ਬਾਹਰ ਨਿਕਲੇ, ਕਹਿੰਦੇ ਟਾਂਗੇ ਜੇ ਤਾਂ ਆਪਣੇ ਘਰ ਵੱਲ ਨੂੰ ਤੁਰੇ ਜਾਈਏ। ਅਤੇ ਰਾਜ ਮੇਰਾ ਦਿਲ ਕੀਤਾ ਵੀ ਵਾਈਫ ਨੂੰ ਪੁੱਛਾਂ ਵੀ ਹਾਂ ਕਿੱਦਾਂ ਦੀ ਲੱਗੀ ਫਿਲਮ। ਮੈਂ ਪੁੱਛਿਆ ਕਹਿੰਦੇ ਕਿੱਦਾਂ ਬੇਗਮ, ਦੇਖੀ ਪਿਕਚਰ ਮੁਗਲ-ਏ-ਆਜ਼ਮ ਦਲੀਪ ਕੁਮਾਰ ਸਾਹਿਬ ਦੀ, ਕਿੱਦਾਂ ਦੀ ਲੱਗੀ? ਵਧੀਆ ਸੀ, ਕਹਿੰਦੀ ਅੱਛੀ ਫਿਲਮ ਸੀ, ਵਧੀਆ ਸੀ। ਕਹਿੰਦੇ ਮੈਂ ਪੁੱਛਿਆ ਵੀ ਦਲੀਪ ਕੁਮਾਰ ਸਾਹਿਬ ਦਾ ਕੰਮ ਕਿੱਦਾਂ ਦਾ ਲੱਗਾ? ਵਧੀਆ ਸੀ, ਪਰ ਉਹਦਾ ਮੇਹਰ ਮਿੱਤਲ ਵਾਲੀ ਗੱਲ ਨਹੀਂ ਬਣੀ। ਕਹਿੰਦੀ ਉਹਨਾਂ ਦੇ ਪਾਸ ਮੇਹਰ ਮਿੱਤਲ ਸਾਹਿਬ ਜ਼ਿਆਦਾ ਉਹਨਾਂ ਲਈ ਫੇਵਰੇਟ ਸਟਾਰ ਸੀਗੇ ਜੀ। ਸੋ ਇਹ ਆਪਣੀ ਆਪਣੀ ਲਾਈਕਿੰਗ ਹੁੰਦੀ ਹੈ। ਸਾਹਿਬ ਮਿਲੇ ਇੱਕ, ਮੈਨੂੰ ਵੇਟ ਹੋ ਰਹੀ ਹੈ ਟ੍ਰੇਨ ਦੀ, ਸ਼ਤਾਬਦੀ ਜਾਣਾ ਸੀ ਕਿਤੇ, ਉਦੋਂ ਜਲੰਧਰੋਂ ਬੈਠੇ ਉਹ ਮੈਨੂੰ ਸਟੇਸ਼ਨ 'ਤੇ ਮਿਲੇ, ਗੱਲਾਂ ਬਾਤਾਂ ਚੱਲ ਰਹੀਆਂ, ਉੱਥੇ ਸਟੇਸ਼ਨ 'ਤੇ ਬੈਠੇ ਹਾਂ, ਗੱਲਾਂ ਬਾਤਾਂ ਪਤਾ ਲੱਗਾ ਕਿ ਭਾਈ ਸਾਹਿਬ ਸ਼ਾਇਰੀ ਦੇ ਸ਼ੌਕੀਨ ਨੇ, ਯਾਨੀ ਕਿ ਸ਼ਾਇਰ ਨੇ। ਅਤੇ ਗੱਲਾਂ ਬਾਤਾਂ ਦੇ ਵਿੱਚ ਹੀ ਉਹਨਾਂ ਆਪਣੀ ਕਵਿਤਾ ਸ਼ੁਰੂ ਕਰ ਲਈ, 2-4 ਕਵਿਤਾ ਜਦੋਂ ਮੇਰੇ ਨਾਲ ਸ਼ੇਅਰ ਕੀਤੀਆਂ ਉਹਨਾਂ ਨੇ, ਅਤੇ ਵਿੱਚੋਂ ਫਿਰ ਮੈਂ ਤਾਂ ਤਾਰੀਫ ਕਰਨੀ ਸੀ, ਔਰ ਵਾਕਈ ਇੱਕ ਅੱਧੀ ਮੈਨੂੰ ਬਹੁਤ ਅੱਛੀ ਲੱਗੀ। ਮੈਂ ਤਾਂ ਫੜ ਕੇ ਹੱਥ ਚੁੰਮ ਲਿਆ ਉਹਨਾਂ ਦਾ, ਮੈਂ ਕਿਹਾ ਕਿਆ ਬਾਤ ਹੈ ਸਰ, ਵੰਡਰਫੁੱਲ। ਮੈਂ ਕਿਹਾ ਯਾਰ ਇਸ ਤਰ੍ਹਾਂ ਦੀ ਕਵਿਤਾ ਦਾ, ਮੈਂ ਕਿਹਾ ਇਸ ਵੇਲੇ ਮਾਹੌਲ ਬਣਾਉਣ ਦੀ ਲੋੜ ਹੈ, ਲੋਕਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਲੋੜ ਹੈ। ਕਿਆ ਖੂਬਸੂਰਤ ਮੈਂ ਕਿਹਾ ਕਵਿਤਾ ਲਿਖੀ ਹੈ। ਮੈਂ ਕਿਹਾ ਇਹੋ ਜਿਹੀ ਕਵਿਤਾ ਲਿਖਣ ਵਾਲੇ 10-12-15 ਕਵੀ ਪੰਜਾਬ 'ਚ ਹੋਰ ਹੋ ਜਾਣ, ਸਾਡਾ ਸਾਹਿਤ ਅਮੀਰ ਹੋ ਜਾਏ, ਸਾਡੇ ਬੱਚਿਆਂ ਨੂੰ ਪਤਾ ਲੱਗੇ ਸਰ ਕਿ ਦੇਖੋ ਵਧੀਆ ਲਿਖਣ ਵਾਲੇ ਪੰਜਾਬੀ 'ਚ ਬੈਠੇ ਨੇ। ਬੰਦੇ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ, ਕਹਿੰਦਾ ਭਾਈ ਸਾਹਿਬ ਮੈਨੂੰ ਪਤਾ ਵੈਸੇ ਤੁਹਾਡੀ ਵੀ ਟ੍ਰੇਨ ਹੈ, ਮੇਰੀ ਵੀ ਉਹੀ ਟ੍ਰੇਨ ਹੈ, ਕਹਿੰਦਾ ਮੇਰੇ ਘਰ ਚੱਲ ਸਕਦੇ ਹੋ? ਮੈਂ ਕਿਹਾ ਘਰ ਮਤਲਬ, ਮੈਂ ਗੱਡੀ ਲਾਉਣ ਵਾਲੀ ਜੀ, ਮਿੰਟ 'ਤੇ 10 ਰਹਿ ਗਏ ਨੇ, ਘਰ ਦੀ ਮੈਨੂੰ ਸਮਝ ਨਹੀਂ ਹੈ। ਕਹਿੰਦਾ ਭਾਅ ਜੀ ਪਲੀਜ਼ ਸ਼ਾਮ ਵਾਲੀ ਟ੍ਰੇਨ 'ਤੇ ਚਲੇ ਜਾਵਾਂਗੇ ਦਿੱਲੀ, ਕੱਲ੍ਹ ਵਾਲੀ 'ਤੇ ਚਲੇ ਜਾਵਾਂਗੇ, ਟਿਕਟ ਮੈਂ ਬੁੱਕ ਕਰਾ ਦਾਂਗਾ, ਪਲੀਜ਼ ਮੇਰੇ ਨਾਲ ਘਰ ਚੱਲ ਸਕਦੇ? ਮੈਂ ਕਿਹਾ ਭਾਅ ਜੀ ਪਤਾ ਤਾਂ ਲੱਗੇ ਘਰ ਮਤਲਬ ਕਿਉਂ ਕਿਉਂ ਮੈਂ ਘਰ ਤੁਹਾਡੇ ਅਸਲੇ ਚੱਲਾਂ? ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤੁਹਾਨੂੰ ਦਿਖਾਉਣਾ, ਮੈਨੂੰ ਦਿਖਾਉਣਾ ਕਿਉਂਕਿ ਮੈਂ ਆਰਟਿਸਟ ਹਾਂ, ਇਸ ਕਰਕੇ ਵੀ ਲੋਕ ਨਹੀਂ 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 ਕਹਿੰਦਾ ਜੀ ਆਰਟਿਸਟ ਵਾਲੀ ਗੱਲ ਨਹੀਂ, ਮੈਂ ਤੁਹਾਨੂੰ ਕਦੀ ਵੇਖਿਆ ਨਹੀਂ ਟੀਵੀ 'ਤੇ, ਨਾ ਮੇਰੀ ਵਾਈਫ ਨੇ ਵੇਖਿਆ, ਪਰ ਕਹਿੰਦਾ ਵੈਸੇ ਮੈਂ ਦਿਖਾਉਣਾ ਬਸ ਆਪਣੀ ਵਹੁਟੀ ਨੂੰ ਤੁਹਾਨੂੰ ਦਿਖਾਉਣਾ। ਮੈਂ ਸਮਝਿਆ ਨਹੀਂ ਆਪਣੀ ਵਹੁਟੀ ਨੂੰ ਮੈਨੂੰ ਦਿਖਾਉਣਾ ਇਹਦਾ ਕੀ ਮਤਲਬ? ਕਹਿੰਦਾ ਭਾਅ ਜੀ ਉਹਨੂੰ ਜਦੋਂ ਵੀ ਮੈਂ ਕੋਈ ਨਵੀਂ ਕਵਿਤਾ ਲਿਖ ਕੇ ਸੁਣਾਉਂਦਾ ਨਾ, ਅਤੇ ਕਹਿੰਦਾ ਮੈਨੂੰ ਹਮੇਸ਼ਾ ਹੀ ਪੁੱਛਦੀ ਹੈ ਪਤਾ ਨਹੀਂ ਤੇਰੀ ਕਵਿਤਾ ਦੀ ਕਿਹੜਾ ਉੱਲੂ ਦਾ ਪੱਠਾ ਤਾਰੀਫ ਕਰਦਾ। ਕਹਿੰਦਾ ਮੇਰਾ ਇੱਕ ਦੋਸਤ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਛੋਟਾ ਹੁੰਦਾ ਮੇਰੇ ਨਾਲ ਪ੍ਰਾਇਮਰੀ 'ਚ ਪੜ੍ਹਦਾ ਹੁੰਦਾ ਸੀ, ਜ਼ਿੰਦਗੀ ਭਰ ਉਹਨੇ ਮੈਨੂੰ ਦੁਰਪ੍ਰੀਤ ਹੀ ਕਿਹਾ, ਜਿਹਦਾ ਦੁਰ ਫਿਟੇ ਮੂੰਹ ਕਹਿਣ ਲੱਗਾ ਹੁੰਦਾ, ਇੱਥੋਂ ਸ਼ੁਰੂ ਕਰਦਾ ਹੁੰਦਾ ਸੀ। ਉਹ ਕਈਆਂ ਦੇ ਅੱਖਰ ਅੜਦੇ ਨੇ, ਕਈਆਂ ਦੇ ਅੜ ਅੜ ਕੇ ਅੱਖਰ ਆਉਂਦੇ ਨੇ, ਉਹ ਅੱਖਰ ਆਉਂਦਾ ਹੀ ਨਹੀਂ ਵਿਚਾਰਿਆਂ ਕੋਲੋਂ। ਇੱਦਾਂ ਦਾ ਇੱਕ ਬੰਦਾ ਖੜਾ ਨਾ ਵਿਚਾਰਾ ਦੁਕਾਨ 'ਤੇ ਪੁੱਛਣ ਡਿਆ ਜਾ ਕੇ, ਕਹਿੰਦਾ ਭਾਈ ਸਾਹਿਬ
दूध मिल जाएगा दूध कहता जी मिलते जाएगा पर इन्ना गाढ़ा नहीं होना जिन्ना तुसीं लभदे ये तो साडा अपने एक रिश्तेदार मुंडा जी वो बेचारे तो कक्का अड़ जाता है उसको कक्का नहीं बोले जाता कक्का बोलने तो बड़ा कतरा जी वह हों भी मैं गल ऐसी करा बच्चे कक्का ना आए कि भी मतलब कक्का तो कन्ना हथ लवा देता ना वह बेचारे ने एक दिन जलंधरों दिल्ली आना पै गया वो जलंधरों बस से बैठा उतरना सी करनाल मुसीबत पै गई उन्होंने करनाल कहना पैना सी जिदा ही जलंधरों बस चली अजय जलंधर कैंट चो निकली बस से टिकटा कटता कटता कंडक्टर आ गया तो उन्होंने मौत पई जाए वो अंबैरस बहुत फील करता नमोशी जी महसूस करता जो तो किसी सामने कक्का अड़ जाए तो 70 सवारियां बस से बैठिया उन्होंने भी मैं चंगा भला नौजवान मुंडा मेरा कक्का अड़ जाना मेरी बेइज्जती हो जानी है टिकटा कटता कटता जो कंडक्टर कोल आया ना आ कहिंदा हाँ जी भाई साहब किधर जाना उन्होंने स्कीम सोची गई पैसे बढ़ा कहिंदा टिकट दिल्ली की कट दियो मैं जिथे मर्जी उतर जा सो हिसाब लाना पैंदा कई बंदे ऐसे वधिया हुंदे जी जिहड़े मौके दे उत्ते यानी खास तौर पर मुसीबत दे विच हिसाब बहुत अच्छा ला लैंदे ने ऑफ द स्टेज तो मैं गल सुनाना चाहना जी मैं ऑफ द रिकॉर्ड जिहड़े पिछे बैठा जोक सुना रहा सी प्रैक्टिकल जोक कहिंदा भाजी एक दिन ना मैं कॉलेज पढ़ता सी मैं एको दिन पढ़ता सी ते कहिंदा जदों कॉलेज पढ़ता सी ओह एक दिन की गल सुना रहा कहिंदा कुड़ी बैठी कंटीन च मैं उहनूं जाके पुछिया भी तेरा नां की है कहिंदी रोज़ी कहिंदा नहीं नहीं तेरा नाम कहिंदी रोज़ी की गल्ला करी जानी मैं नाम पुछी जाना कहिंदी रोज़ी ये की नाम होया रोज़ी कहिंदी तेरा नाम की कहिंदा एक दिन छड्ड के मैनूं गल वधिया लगी मैं कहा सुनाई इस शो दे विच पर हुण कित्थों सुनाउणी हो तो मैं ही सुना गया इदां ही मैनूं अपना भी चेता आ गया ना अपने कॉलेज मैं जदों पढ़दा हुंदा सी ते मेरा भी जी कीता भी कुड़ी नूं इदां गलबात करां कुड़ी दे नाल तो गल करद जो गल नावा नूं तो अगे गई तो मैं डेट ऑफ बर्थ पूछी तो कुड़ियों तो मौत पै जी डेट ऑफ बर्थ दसन लगे हैं डेट तो फिर दस देनगे ईयर ना पुछो कुड़ियों साल ना पुछो तो मैं पूछया मैं क्या जी तुहाडी डेट ऑफ बर्थ बड़ी देर सोच सोच के कहिंदी मैं क्या नहीं मतलब वैसे ही मैं नॉलेज से पूछ रहा भी तुहाडा जन्मदिन कदों हुंदा किसी गिफ्ट देना पै जांदा डेट ऑफ बर्थ तां पूछ रहा मैं डेट ऑफ बर्थ प्लीज दस दौ कहिंदी 16 जून मैं क्या साल कहिंदी हर साल 16 जून ही होंदी है वह भी अगों हिसाब किताब च पूरी माहिर सी सो इदां दस्सिया भी कॉलेज टाइम दे विच कई वारी बंदा कतरा जांदा हिम्मत नहीं पैंदी साडा दोस्त है जी विक्रम ग्रोवर उहदा भी किस्सा सुन लो कॉलेज बड़ी हिम्मत जी करके 2-3 साल तो सोची जांदा भी गल करनी है आखिर असी प्रैशर जहा बना के भेजा भी जे हुण ना गल की जिंदगी च नहीं कर सकता वह मौका भी जाके कर ला सैशन मुक लैने ने मुड़ के गल्ला खत्म हो जानी है बड़ा असी तैयार श्यार जहा करके भेजा बड़ी हिम्मत जी ने जाके कुड़ी को खड़ा एक्सक्यूज मी उन्हें कुड़ी जो मुड़ी कहनी यस वो होर बेचारा बौंदल गया हैप्पी न्यू ईयर ਕਹਿੰਦੀ ਤੇਰਾ ਦਿਮਾਗ ਖਰਾਬ ਹੋ ਗਿਆ ਜੂਨ ਦਾ ਮਹੀਨਾ ਚੱਲ ਰਿਹਾ 13 ਜੂਨ ਅੱਜ ਇਹ ਕਿਹੜਾ ਹੈਪੀ ਨਿਊ ਈਅਰ ਕੱਢਿਆ ਤੂੰ ਕਹਿੰਦਾ ਨਹੀਂ ਜੀ ਮੈਂ ਤਾਂ ਜਨਵਰੀ ਦੀ ਕੋਸ਼ਿਸ਼ ਕਰੀ ਜਾਂਦਾ ਜੀ ਹਿੰਮਤ ਹੀ ਅੱਜ ਪਈ ਸੋ ਪ੍ਰੈਕਟੀਕਲ ਗੱਲਾਂ ਹੋ ਜਾਂਦੀਆਂ ਜ਼ਿੰਦਗੀ 'ਚ ਆਪਣੇ ਆਪ ਇੱਕ ਨੈਚੁਰਲ ਹਿਊਮਰ ਬਣਦਾ